ਠੀਕ ਮਾਣੇਵਾਲ ਡਾਕਟਰ ਸ਼ਬਾਜ਼ ਮਾਣੇਵਾਲ ਦੋਵਾਂ ਸਾਹਿਬਾਨਾਂ ਦਾ ਇੱਕ ਸ਼ੇਰ ਦਾ ਹੁਕਮ ਹੈ ਕਿ ਤੈਥੋਂ ਵਾਕ ਮੈਂ ਕੱਖ ਨਾ, ਦੁਨੀਆ ਤੇ ਮੈਂ ਬਸ਼ਰ ਦਾ ਜੋਟਾ ਤੂੰ ਏ, ਤੈਨੂੰ ਇਲਮੇ ਕਦਰ ਜਨਾਬ ਦੀ ਕੀ ਏ, ਕਿੱਦਾਂ ਸਮਝਦਾ ਮੋਟਾ ਤੂੰ ਏ, ਔਰ ਤੈਥੇ ਮਾਣੇ ਡਾਰ ਨੂੰ ਬੇਲਾਜ ਨੇ, ਨਾ ਨੀਅਤ ਦਾ ਖੋਟਾ ਤੂੰ ਏ, ਮੈਂ ਇੱਥੇ ਰੱਬ ਦੀ ਖਾਸ ਅਤਾ ਹੋਇਓ, ਮੇਰੀ ਜਾਨ ਦਾ ਟੋਟਾ ਤੂੰ ਏ। ਬੜੀ ਮਿਹਰਬਾਨੀ ਜੀ, ਮੈਂ ਇਰਸ਼ਾਦ ਬੱਟੂ ਸਾਹਿਬ ਚੋਰੀ ਮੋਹਸਨ ਚੱਦੜ ਸਾਹਿਬ ਉਰਾਇਆ ਮੈਂ ਨਾ ਯਾਰ, ਮੈਂ ਕੇ ਸੁਣਿਆ ਕਿਸੇ ਹੋਰ ਨੂੰ ਚੈਨ ਪਿਆ ਤੈਂ, ਉਰਾਇਆ ਮੈਂ ਨਾ ਯਾਰ, ਮੈਂ ਕੇ ਸੁਣਿਆ ਹੈ ਕਿਸੇ ਹੋਰ ਨੂੰ ਚੰਨ ਪਿਆ ਤੈਂ, ਸਾਡੀ ਵੇਖ ਬੇਲਾਓ ਸਕੀਦਤ ਨੂੰ ਤੂੰ ਪਾਗਲ ਪਨ ਪਿਆ ਤੈਂ, ਔਰ ਜਿਵੇਂ ਆਉਂਦੇ ਹੀ ਡਾਰ ਤੂੰ ਕਰ ਵੇਖੇ ਮੈਨੂੰ ਕਾਈ ਨਹੀਂ ਫਨ ਪਿਆ ਤੈਂ, ਕੁਝ ਸੋਚ ਸਿਆਣ ਅੰਦਾਜ਼ਾ ਕਰ ਤੂੰ ਦੁਸ਼ਮਣ ਸਨ ਪਿਆ ਤੈਂ। ਬੜੀ ਮਿਹਰਬਾਨੀ, ਦਰਿਆ ਦੀ ਮਨ ਤੇ ਵਸਦਿਆਂ ਨੂੰ ਤੇਰੇ ਪਾਰੂ ਤਾਸ ਨਹੀਂ ਆ ਗਈ, ਦਰਿਆ ਦੀ ਮਨ ਤੇ ਵਸਦਿਆਂ ਨੂੰ ਤੇਰੇ ਪਾਰੂ ਤਾਸ ਨਹੀਂ ਆ ਗਈ, ਤੇਰੀ ਸੱਜਣਾ ਨਾ ਦੀ ਜ਼ਾਤ ਦੇ ਵਿੱਚ ਮੇਰੀ ਜਿੰਦ ਬੇਵਾਸ ਨਹੀਂ ਆ ਗਈ, ਔਰ ਤੇਰਾ ਪਿਛਲੀ ਦਾਸ ਦਾ ਵਾਦਾ ਹਾ ਅੱਗੂ ਮੋੜ ਨਵੀਂ ਦਾਸ ਨਹੀਂ ਆ ਗਈ, ਤੇ ਤੂੰ ਪੁੱਛ ਕੇ ਡਾਰ ਮੈਂ ਸਾਹ ਲੈਣਾ ਜੇ ਰਹੀਏ ਚਸ ਨਹੀਂ ਆ ਗਈ। ਬੜੀ ਮਿਹਰਬਾਨੀ ਜੀ, ਹਾਂ ਭਾਈ ਮੋਹਸਨ ਚੱਦੜ ਸਾਹਿਬ ਅਫੀਸਰ ਪੰਜਾਬ ਪੁਲਿਸ, ਭਾਈ ਦਾ ਹੁਕਮ ਹੈ, ਸਾਈ ਮੇਰੇ ਦਿਲ ਦੇ ਦੇਸ਼ ਦਾ ਹਾਕਮ ਤੂੰ, ਤੇਰੀ ਬੇਲੀਆ ਡਾਰ ਰਿਆਇਆ ਏ ਮੇਰੇ, ਤੂੰ ਹੀ ਤੂੰ ਕਾਇਨਾਤ ਦੇ ਵਿੱਚ ਤੈਨੂੰ ਸਮਝਿਆ ਕਦਣ ਪਰਾਇਆ ਏ, ਔਰ ਕੁਰਬਾਨ ਜਨਾਬ ਤੇ ਲੱਖ ਵਾਰੀ ਮੈਥੇ ਜਿਤਨਾ ਵੀ ਸਰਮਾਇਆ ਏ ਤੇਰੀ ਜ਼ਾਤ ਤੇ ਖਰਚ ਕਿੰਜ ਲੱਗਦਾ ਹੈ ਜਿਵੇਂ ਆਪਣੇ ਆਪ ਤੇ ਲਾਇਆ ਏ। ਆਖਿਰ ਤੇ ਇੱਕ ਨਜ਼ਮ ਪੜਸਾ ਭਾਈ ਇਰਸ਼ਾਦ, ਮੈਂ ਇਤਨਾ ਪੜਨਾ ਕੋਈ ਨਾ ਭਾਈ ਇਰਸ਼ਾਦ, ਮੈਂ ਜ਼ਬਰਦਸਤੀ ਚੋਖਾ ਖਲਵਾ ਛੜਿਆ ਇੱਕ ਇੱਕ ਨਜ਼ਮ ਹੈ ਭਾਈ ਇਰਸ਼ਾਦ ਕਿਬਲਾ ਮਾਰ ਜੀ, ਭਾਈ ਮੋਹਸਨ ਚੱਦੜ ਸਾਹਿਬ, ਆਮਿਰ 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 ਸਾਕੀ ਤਰਾਣਾ ਸਾਹਿਬ, ਭਾਈ ਫਾਤ ਖਾਨ ਬਲੋਚ ਸਾਹਿਬ ਗੱਲ ਤਾਂ ਠੀਕ ਹੈ, ਰਿਆਜ਼ ਸਿਪਰਾ ਸਾਹਿਬ ਗੱਲ ਤਾਂ ਠੀਕ ਹੈ, ਤੂੰ ਬਿਲਕੁਲ ਸਹੀ ਆਖਿਆ ਨਿੱਕਿਆਂ ਲਾ ਤੂੰ ਮੈਂ ਬਸ ਤੇਰਾ ਵਰਦਾ ਰਿਹਾ, ਗੱਲ ਤਾਂ ਠੀਕ ਹੈ ਤੂੰ ਬਿਲਕੁਲ ਸਹੀ ਆਖਿਆ ਹੈ ਨਿੱਕਿਆਂ ਲਾ ਤੂੰ ਮੈਂ ਬਸ ਤੇਰਾ ਵਰਦਾ ਰਿਹਾ, ਤੈਨੂੰ ਹਰ ਖੇਡ ਦੇ ਵਿੱਚ ਜਿਤਾਵਣ ਦੇ ਲਈ ਜਾਣ ਬੁੱਝ ਕੇ ਮੈਂ ਸਾਬਾਂ ਤੂੰ ਹਰਦਾ ਰਿਹਾ, ਸਾਈ ਉਫ ਕਰੀਂਦੀ ਹੀ ਨਾਈ ਜਿੱਤ ਜਿਵੇਂ ਘੋ ਲਵੇਂ ਤੇਰੇ ਹਰ ਦਮ ਰੁਸੇ ਮੈਂ ਤੂੰ ਡਰਦਾ ਰਿਹਾ, ਆਪਣੀ ਮਰਜ਼ੀ ਦਾ ਹੱਥੀ ਮੈਂ ਘੁੱਟ ਕੇ ਗਲਾ ਜਿਵੇਂ ਤੈਂ ਆਖਿਆ ਉਵੇਂ ਕਰਦਾ ਰਿਹਾ, ਔਰ ਇਹ ਵੀ ਸੱਚ ਇਹ ਵੀ ਸੱਚ ਹੈ ਜਿਹੜੇ ਪਾਸਿਓ ਰੋਕੀ ਬਿਨ ਇਜਾਜ਼ਤ ਕਦੀ ਪੈਰ ਚਾਇਆ ਵੀ ਨਾ, ਤੇਰਾ ਇਤਨਾ ਅਦਬ ਹਾ ਤੁਸੀਂ ਆਖਿਆ ਤੈਨੂੰ ਤੂੰ ਕਰਕੇ ਕਹਿੰਦੇ ਬੁਲਾਇਆ ਵੀ ਨਾ, ਤੇਰਾ ਇਤਨਾ ਅਦਬ ਹਾ ਭਾਈ ਬਤਰੀ ਕੱਢੂਆ ਹੁਣ ਮੇਰੀ ਪੈਸੇ ਚੁਣਦੇ, ਤੇਰਾ ਇਤਨਾ ਅਦਬ ਹਾ ਤੁਸੀਂ ਆਖਿਆ ਹੈ ਮੈਨੂੰ ਤੂੰ ਤੈਨੂੰ ਤੂੰ ਕਰਕੇ ਕਹਿੰਦੇ ਬੁਲਾਇਆ ਵੀ ਨਾ, ਹਰ ਗਿਆ ਹੌਸਲਾ ਕੈਦੀ ਇਕਰਾਰ ਦਾ ਹੱਥਕੜੀ ਤੇਰੀ ਲੱਜ ਦੀ ਖੁਲੇਂਦਾ ਪਿਆ ਹੈ, ਬਨ ਕੇ ਸ਼ੀਸ਼ਾ ਖੁਮਾਰਾਂ ਦਾ ਗਲ ਚੂ ਸਜਣ ਤੋਕ ਯਕ ਤਰਫਾ ਛਿਕ ਦੇ ਲਹਿੰਦਾ ਪਿਆ ਹੈ, ਹੱਥ ਖਲੇ ਨਕੀਦਤ ਕਮਲਾ ਤੇਰਾ ਸਾਫ ਤੋਂ ਮਿਹਰਬਾਨ ਨੂੰ ਦਸੇਂਦਾ ਪਿਆ ਹੈ, ਜਿਹੜਾ ਸਿਰ ਸੱਟ ਕੇ ਝਿੜਕਾਂ ਜਲੇਂਦਾ ਰਿਹਾ ਹੈ ਉਹ ਗੁਲਾਮ ਅੱਜ ਬਗਾਵਤ ਕਰੇਂਦਾ ਪਿਆ ਹੈ,
ਜਿਹੜਾ ਸਿਰ ਛੱਡ ਕੇ ਝਿੜਕਾਂ ਚਲੇਂਦਾ ਰਿਹਾ ਹੈ ਤਰਾਣਾ ਸਾਹਿਬ ਮੁਫਤਾ ਉਹ ਗੁਲਾਮ ਅੱਜ ਬਗਾਵਤ ਕਰੇਂਦਾ ਪਿਆ ਮੋਹਸਨ ਬਾਈ ਕੋਲ ਕੁਝ ਨਹੀਂ ਰਿਹਾ ਉਲਟਾ ਮਕਰੂਜ਼ ਹਾਂ ਤੋਂ ਮਦਾਰੀ ਤੇ ਸਭ ਕੁਝ ਲੁਟਾ ਛੋੜਿਆ ਹੈ ਜਗ ਤੇ ਬੇਫਰਮਿਆਂ ਵਾਂਗ ਜੀਂਦਾ ਪਿਆ ਤੇਰੇ ਸਾਂਗੇ ਦੀ ਫੁੰਡ ਮੈਂ ਮਰਾ ਛੋੜਿਆ ਹੈ ਤੇਰੀ ਨੀਅਤ ਦਾ ਪਰਦਾ ਆਇਆ ਹੋ ਗਿਆ ਹੈ ਤੂੰ ਲੁਟੇਰਾ ਹੈ ਹੁਬਦਾਰ ਕਹਿੰਦਾ ਵੀ ਨਹੀਂ ਚੰਗੇ ਵੇਲੇ ਦਾ ਭਾਈਵਾਲ ਹੋਸੇ ਪਿਆ ਔਖੇ ਵੇਲੇ ਦਾ ਗਮਖਾਰ ਕਹਿੰਦਾ ਵੀ ਨਹੀਂ ਜਿਹੜਾ ਜੀਵੇ ਨਾ ਤੇਰੇ ਬਿਨਾ ਜ਼ਾਲਮਾ ਉਸਨੂੰ ਦੇਣਾ ਹੈ ਥਾਂ ਮਾਰ ਕਹਿੰਦਾ ਵੀ ਨਹੀਂ ਹੱਥ ਮਿਲੇ ਨਾ ਹੈ ਗਰਜ਼ਾਂ ਦੀ ਤਕਮੀਲ ਤਾਂ ਹੀ ਤੂੰ ਹਕੀਕਤ ਦੇ ਵਿੱਚ ਯਾਰ ਕਹਿੰਦਾ ਵੀ ਨਹੀਂ ਝੱਲਾ ਕੋਈ ਨਹੀਂ ਰਿਹਾ ਪਹਿਲੇ ਵਾਂਗੂ ਸਜਣ ਘਾਟੇ ਝੱਲਣ ਤੇ ਡਾਰ ਹੁਣ ਜ਼ਹੀਨ ਹੋ ਗਿਆ ਹੈ ਸੱਪ ਨੀ ਡੰਗਣ ਤੂੰ ਹੱਟਦੇ ਮੈਂ ਸੁਣਿਆ ਤਿਆ ਤੇਰੀ ਫਿਤਰਤ ਤੂੰ ਅੱਜ ਮੈਂ ਯਕੀਨ ਹੋ ਗਿਆ ਆਖਰੀ ਸ਼ੇਰ ਭਾਈ ਸ਼ਾਹ ਬੱਟੂ ਸਾਹਿਬ ਕਿਬਲਾ ਪੀਰ ਅਲੀ ਜ਼ੈਨ ਬਾਦਸ਼ਾਹ ਅਲੀ ਬਹਾਦਰ ਸ਼ਾਹ ਸਾਹਿਬ ਕਿ ਮੈਨੂੰ ਉਠਾਉਣ ਦੀ ਮਦਦ ਸ਼ਰੀਕਾ ਤੂੰ ਜਿਹੜਾ ਮੰਗਣ ਤੇ ਤੁਲਿਆ ਵੱਤਦਾ ਹੈ ਮੈਨੂੰ ਉਠਾਉਣ ਦੀ ਮਦਦ ਸ਼ਰੀਕਾ ਤੂੰ ਜਿਹੜਾ ਮੰਗਣ ਤੇ ਤੁਲਿਆ ਵੱਤਦਾ ਹੈ ਹਾਈ ਸੱਪ ਜਿੰਦ ਜਾਨ ਬਣਾਈ ਰੱਖਿਆ ਅੱਜ ਡੰਗਣ ਤੇ ਤੁਲਿਆ ਵੱਤਦਾ ਹੈ ਔਰ ਬਣ ਦੁਸ਼ਮਣ ਡਾਰ ਦੀ ਰੱਤ ਦੇ ਵਿੱਚ ਹੱਥ ਰੰਗਣ ਤੇ ਤੁਲਿਆ ਵੱਤਦਾ ਹੈ ਜਿਹਦਾ ਨਾ ਅਸਮਾਨ ਤੇ ਮੈਂ ਟੰਗਿਆ ਸਾਹ ਟੰਗਣ ਤੇ ਤੁਲਿਆ